ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਡਾਕਟਰ ਭਾਵਨਾ ਵਰਮਾ ਵਿਨੀਅਰ ਇੰਗਲਿਸ਼ ਜਗਰਾਉਂ ਤੋਂ ਅੱਜ ਸਾਡੇ ਸਟੂਡੈਂਟ ਰਮਨਦੀਪ ਦਾ ਰਿਜ਼ਲਟ ਆਇਆ ਹੈ ਸ਼ੀ ਗੋਟ ਮੋਰ ਦੈਨ ਹਰ ਡਿਜ਼ਾਇਰ ਬੈਂਡ 6.5 ਆਫਟਰ ਬਹੁਤ ਲੰਬਾ ਜਿਹੜਾ ਹੈ ਉਹ ਗੈਪ ਤੋਂ ਬਾਅਦ ਬਹੁਤ ਵਾਰੀ ਪੇਪਰ ਦੇਣ ਤੋਂ ਬਾਅਦ ਫਾਈਨਲੀ ਜਦੋਂ ਇਹ ਸਾਡੇ ਕੋਲ ਆਏ ਤਾਂ ਇਹਨਾਂ ਨੇ ਬਹੁਤ ਮਿਹਨਤ ਕੀਤੀ ਸਾਡੀ ਗਾਈਡੈਂਸ ਦੇ ਨਾਲ ਅੱਜ ਬਹੁਤ ਜ਼ਿਆਦਾ ਖੁਸ਼ੀ ਦਾ ਦਿਨ ਹੈ ਇਹਨਾਂ ਲਈ ਸਾਡੇ ਲਈ ਵੀ ਕਿ ਇਹਨਾਂ ਦੇ ਡਿਜ਼ਾਇਰ ਬੈਂਡਸ ਆਏ ਰਮਨਦੀਪ ਕਿਹੋ ਜਿਹਾ ਰਿਹਾ ਤੁਹਾਡਾ ਐਕਸਪੀਰੀਅੰਸ ਮੈਨੂੰ ਬਹੁਤ ਵਧੀਆ ਰਿਹਾ ਮੈਂ ਜਗਰਾਉਂ ਬਹੁਤ ਜ਼ਿਆਦਾ ਆਈਲਸ ਇੰਸਟੀਚਿਊਟ ਐਕਸਪਲੋਰ ਕੀਤੀ ਆਪਣੇ ਡਿਜ਼ਾਇਰ ਬੈਂਡਸ ਕੋਲ ਲੈਣ ਲਈ ਬਟ ਕੋਈ ਵੀ ਇੰਸਟੀਚਿਊਟ ਵਿੱਚ ਮੇਰੀ ਇੰਪਰੂਵਮੈਂਟ ਨਹੀਂ ਹੋਈ ਕਿਉਂਕਿ ਉੱਥੇ ਬੱਚੇ ਹੀ ਬੱਚਿਆਂ ਨੂੰ ਸਟੱਡੀ ਕਰਵਾ ਰਹੇ ਸੀ ਅਤੇ ਮੇਰੇ ਪੈਸੇ ਵੀ ਬਹੁਤ ਵੇਸਟ ਹੋਏ ਮੈਂ ਆਲਰੇਡੀ 3 times ਐਗਜ਼ਾਮ ਦਿੱਤਾ ਬਟ ਮੇਰਾ ਐਗਜ਼ਾਮ ਕਲੀਅਰ ਨਹੀਂ ਹੋਇਆ ਬਟ ਜਦੋਂ ਮੈਂ ਵਿਨੀਅਰ ਇੰਗਲਿਸ਼ ਐਡਮਿਸ਼ਨ ਲਈ ਤਾਂ ਮੇਰਾ ਐਗਜ਼ਾਮ ਕਲੀਅਰ ਹੋ ਗਿਆ ਅਤੇ ਮੈਨੂੰ ਮੇਰੇ ਡਿਜ਼ਾਇਰ ਬੈਂਡ ਸਕੋਰ ਨਾਲੋਂ ਜ਼ਿਆਦਾ ਬੈਂਡ ਸਕੋਰ ਮਿਲ ਗਈ ਇੱਥੋਂ ਦਾ ਮਾਹੌਲ ਕਿਹੋ ਜਿਹਾ ਲੱਗਿਆ ਤੁਹਾਨੂੰ ਪੜ੍ਹਾਈ ਵਾਲਾ ਲੱਗਿਆ ਕਿਹੋ ਜਿਹਾ ਲੱਗਿਆ ਮਾਹੌਲ ਬਹੁਤ ਹੀ ਵਧੀਆ ਸੀ ਮੈਨੂੰ ਰੋਜ਼ ਮਟੀਰੀਅਲ ਮਿਲਦਾ ਸੀ ਨਿਊ ਮਟੀਰੀਅਲ ਮਿਲਦਾ ਸੀਗਾ ਮਟੀਰੀਅਲ ਪਹਿਲਾਂ ਯੂਜ਼ ਨਹੀਂ ਕੀਤਾ ਹੁੰਦਾ ਸੀ ਅਤੇ ਉਹਦੇ ਨਾਲ ਮੇਰੀ ਬਹੁਤ ਵਧੀਆ ਇੰਪਰੂਵਮੈਂਟ ਹੋਈ ਅਤੇ ਐਕਸਟਰਾ ਕਲਾਸਿਸ ਦਿੱਤੀਆਂ ਜਾਂਦੀਆਂ ਸੀ ਜਿਸ ਨਾਲ ਮੇਰੀ ਬਹੁਤ ਜਲਦੀ ਇੰਪਰੂਵਮੈਂਟ ਹੋਈ ਅਤੇ ਮੇਰੇ ਡਿਜ਼ਾਇਰ ਬੈਂਡ ਸਕੋਰ ਤੋਂ ਜ਼ਿਆਦਾ ਬੈਂਡ ਸਕੋਰ ਆ ਗਈ ਓਕੇ ਕੀ ਤੁਸੀਂ ਖੁਸ਼ ਹੋ ਹੁਣ ਅੱਗੇ ਤੁਸੀਂ ਅਪਲਾਈ ਕਰੋਗੇ ਵੀਜ਼ਾ ਦੇ ਲਈ ਯੈਸ ਮੈਮ ਓਕੇ ਥੈਂਕ ਯੂ ਜੀ ਧੰਨਵਾਦ